ਇਹ ਜਿਹੜੀ ਹੈ ਇਹ 10 ਰੁਪਏ ਮਹਿੰਗੀ ਆ, ਇਹ ਸਸਤੀ 10 ਰੁਪਏ, ਸਿਰਫ ਪੈਕਿੰਗ ਦਾ ਖਰਚਾ ਇੱਥੇ ਵੱਧਦਾ ਹੈ। ਬਾਕੀ ਚੀਜ਼ ਖੁੱਲ ਦੇ ਦਿਓ ਤੁਸੀਂ, ਉਹ ਜਿਹੜੇ 10 ਰੁਪਏ ਹੋਏ। ਗੁਰਦਿਆਲ ਸਿੰਘ, ਪਿੰਡ ਸੱਲੋਪੁਰ, ਬਲਾਕ ਕਾਨੂੰ, ਜ਼ਿਲ੍ਹਾ ਗੁਰਦਾਸਪੁਰ। ਅਸੀਂ ਅੱਜ ਇੱਥੇ ਗੁਰਦਾਸਪੁਰ ਆਏ ਹਾਂ ਅਤੇ ਸਾਡਾ ਜਿਹੜਾ ਜ਼ਿਲ੍ਹਾ ਪ੍ਰਸ਼ਾਸਨ ਅਤੇ ਖੇਤੀਬਾੜੀ ਵਿਭਾਗ ਵੱਲੋਂ ਇੱਕ ਕਿਸਾਨ ਬਾਜ਼ਾਰ ਜਿਹੜਾ ਚਲਾਇਆ ਜਾ ਰਿਹਾ, ਤਕਰੀਬਨ ਲਗਭਗ ਇਹ ਕੋਈ 92 ਜਿਹੜੇ ਬਾਜ਼ਾਰ ਹੋ ਗਏ ਅੱਜ, ਅਤੇ ਬੜਾ ਵਧੀਆ ਇੱਥੇ ਰਿਸਪੋਂਸ ਮਿਲਦਾ। ਗਾਹਕ ਨੂੰ ਜਿਹੜੀ ਚੀਜ਼ ਵਧੀਆ ਮਿਲਦੀ ਹੈ ਖਾਣ ਵਾਸਤੇ, ਜਿਹੜੇ ਜਿਮੀਦਾਰ ਤਿਆਰ ਕਰਦੇ ਉਹ ਸਾਰੇ ਇੱਥੇ ਆ ਕੇ ਆਪਣੀ ਚੀਜ਼ ਪ੍ਰੋਡਕਟ ਜਿਹੜੇ ਕਾੜੀ ਗਾਹਕਾਂ ਨੂੰ ਵੇਚਦੇ ਆ, ਉਹਦੇ ਨਾਲ ਜਿਹੜੀ ਆ ਕੇ ਗਾਹਕ ਦੀ ਆਮਦਨ ਵੀ ਵੱਧਦੀ ਆ। ਕਿਹੜੀ ਕਿਹੜੀ ਚੀਜ਼ ਤੁਸੀਂ ਤਿਆਰ ਕਰਦੇ ਹੋ? ਮੈਂ ਆਪਣੇ ਕੋਲੋਂ ਹਲਦੀ ਤਿਆਰ ਕਰਦਾ, ਆਪ ਬੀਜ ਕੇ ਆਪ ਉਹਦੀ ਪ੍ਰੋਸੈਸਿੰਗ ਵਾਰੀ ਕਰਦਾ, ਆਪ ਉਹਦੀ ਪੈਕਟ ਬਣਾ ਕੇ ਜਿਹੜੇ ਇੱਥੇ ਲਿਆ ਕੇ ਵੇਚਦਾ। ਸ਼ਹਿਦ ਵਾ, ਮੱਖੀਆਂ ਪਾਲੀਆਂ, ਸ਼ਹਿਦ ਲਿਆ ਕੇ ਇੱਥੇ ਜਿਹੜਾ ਉਹ ਤਿਆਰ ਕਰਦਾ। ਜਿਹੜੀਆਂ ਦਾਲਾਂ ਹੁੰਦੀਆਂ ਵਾ ਆਪਣੇ ਪੈਦਾ ਕਰਦੇ, ਦਾਲਾਂ ਦੇ ਪੈਕਟ ਬਣਾ ਕੇ ਇੱਥੇ ਲਿਆ ਕੇ ਜਿਹੜੇ ਵੇਚਦੇ ਹਾਂ। ਹੋਰ ਸਾਡੇ ਨਾਲ ਜਿਹੜੇ ਚਾਰ ਚਟਨੀਆਂ ਦਾ ਕੰਮ ਨਾਲ ਹੈਗਾ ਵਾ, ਚਾਰ ਚਟਨੀਆਂ ਵਗੈਰਾ ਸਾਰੇ ਜੋ ਕੁਝ ਇੱਥੇ ਤਿਆਰ ਕਰਦੇ ਹਾਂ, ਅਤੇ ਨਾਲ ਮੇਰੇ ਹੋਰ ਜੋ ਸਬਜ਼ੀਆਂ ਦਾ ਕੰਮ ਕਰਦੇ ਉਹ ਵੀ ਸਾਰੇ ਇੱਥੇ ਆ ਕੇ ਆਪਣੀ ਚੀਜ਼ ਵੇਚਦੇ ਹਾਂ। ਤੁਸੀਂ ਕਿਸਾਨ ਵੀਰਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਵੀ ਕਿਸ ਤਰ੍ਹਾਂ ਦਾ ਜਿਹੜਾ ਤੁਹਾਡੇ ਵਾਂਗ ਬੀਜ ਕੇ ਇੱਕ ਵਧੀਆ ਕਿਸਾਨਾਂ ਨੂੰ ਮੈਂ ਇਹੋ ਕਹਿਣਾ ਚਾਹੁੰਦਾ ਕਿ ਜੇ ਅਸੀਂ ਕਈ ਚੁੱਕ ਕੇ ਨਾਲ ਸਾਨੂੰ ਜਿਹੜੀ ਤੱਕੜੀ ਵੀ ਚੁੱਕਣੀ ਪੈਣੀ ਆ, ਜੇ ਕਈ ਫੜ ਕੇ ਸਾਰੇ ਕੰਮ ਕਰ ਸਕਦੇ, ਤੱਕੜੀ ਚੁੱਕਣ ਵਿੱਚ ਸਾਨੂੰ ਸ਼ਰਮ ਮਹਿਸੂਸ ਹੁੰਦੀ ਆ, ਅਤੇ ਸਾਨੂੰ ਤੱਕੜੀ ਫੜ ਕੇ ਤਾਂ ਫਿਰ ਹੀ ਸਾਡਾ ਜਿਹੜੇ ਉਹ ਘਾਟੇ ਪੂਰੇ ਹੋ ਸਕਦੇ ਆ, ਵਰਨਾ ਜਿਹੜੀ ਸਾਡੀ ਚੀਜ਼ ਦਾ ਸਹੀ ਮੁੱਲ ਸਾਨੂੰ ਉੱਦਾਂ ਨਹੀਂ ਮਿਲਦਾ। ਆਪ ਪੈਕਿੰਗ ਕਰਕੇ ਆਪ ਵੇਚਾਂਗੇ, ਸਾਨੂੰ ਉਹਦਾ ਪੂਰਾ ਮੁਨਾਫਾ ਜਿਹੜਾ ਮਿਲਦਾ, ਜਿਹਦੇ ਵਿੱਚ ਵਿਚੋਲੀ ਉਹ ਵਿੱਚੋਂ ਨਿਕਲਦੇ ਸਿੱਧੀ ਗਾਹਕ ਨੂੰ ਚੀਜ਼ ਵੀ ਸ਼ੁੱਧ ਸਸਤੀ ਮਿਲਦੀ ਆ, ਅਤੇ ਸਾਡੇ ਵੀ ਜੇ 4 ਪੈਸੇ। ਤੁਸੀਂ ਕਹਿੰਦੇ ਜਿੱਦਾਂ ਸਰ ਅੱਜ ਦਾ ਜਿਹੜਾ ਮੇਲਾ ਲੱਗਾ ਕਿਸਾਨ ਬਾਜ਼ਾਰ ਦਾ, ਇਹਦੇ ਬਾਰੇ ਸਰ ਤੁਸੀਂ ਦੱਸ ਦਿਓ। ਬੜੀ ਖੁਸ਼ੀ ਦੀ ਗੱਲ ਆ ਜੇ ਸਾਡੇ ਕਿਸਾਨ ਵੀ ਇਹਨਾਂ ਧੰਦਿਆਂ 'ਚ ਰੁੱਝ ਗਏ ਨੇ, ਔਰ ਬੜੀਆਂ ਇਹ ਪਿਓਰ ਚੀਜ਼ਾਂ ਨੇ, ਔਰਗੈਨਿਕ ਹੈਗੀਆਂ ਸਾਰੀਆਂ, ਅਤੇ ਇਸ ਕਰਕੇ ਇੱਥੇ ਗਾਹਕ ਹੀ ਨਹੀਂ ਮੁੱਕ ਰਹੇ, ਸਿਰਫ ਥੋੜ੍ਹੀ ਐਡਵਰਟਾਈਜ਼ ਹੋਰ ਹੋਈ ਤਾਂ ਇੱਥੇ ਤੁਹਾਨੂੰ ਲੈਣ ਲੱਗਿਆ ਕਰਨੀਆਂ ਵੀ ਸੋ ਗੁੱਡ, ਬਹੁਤ ਵਧੀਆ ਧੰਦਾ ਹੈ। ਔਰ ਹੋਰ ਵੀ ਜਿੱਦਾਂ ਮੈਂ ਤਾਂ ਜਾ ਕੇ ਕੈਂਪ ਲਗਾਉਣੇ ਚਾਹੀਦੇ ਆ ਇਹਨਾਂ ਸਾਰੀ ਚੀਜ਼ਾਂ ਸਰ। ਬਾਜ਼ਾਰ ਵਿੱਚ ਆਪਣਾ ਤਿਆਰ ਕੀਤਾ ਹੋਇਆ ਲਸਣ ਅਤੇ ਚਾਵਲ ਲੈ ਕੇ ਆਉਂਦਾ ਹਰ ਹਫ਼ਤੇ, ਹਰ ਐਤਵਾਰ। ਚਾਵਲ ਸਰ ਕਿਹੜੇ ਕਿਹੜੇ? ਮੈਂ 11-21 ਲੈ ਕੇ 11-21 ਠੀਕ ਹੈ ਜੀ। ਅਤੇ 11-21 ਨੂੰ ਬੀਜਣ ਵਾਸਤੇ ਤੁਸੀਂ ਕਿਸਾਨਾਂ ਨੂੰ ਕੀ ਕਹਿਣਾ ਚਾਹੋਗੇ, ਕਿੱਦਾਂ ਦੀ ਫਸਲ ਬੀਜੋ? ਬਹੁਤ ਵਧੀਆ ਚਾਵਲ ਆ ਜੀ, ਬਸ ਉਹਦੇ ਬੀਜੋ ਅਤੇ ਆਪ ਹੀ ਸੇਲ ਕਰੋ ਤਿਆਰ ਕਰਕੇ, ਅਤੇ ਵਧੀਆ ਰਹੇਗਾ। ਠੀਕ ਹੈ, ਦੱਸ ਦਿਓ ਕਿਹੜੀ ਵਰਾਇਟੀ ਦਾ? ਦੇਸੀ ਲਾਲ ਵਰਾਇਟੀ ਜਿਹੜਾ ਬਾਈ ਨੇਮ ਦਾ, ਪਿੰਡ ਬਰਿਆਰ ਜ਼ਿਲ੍ਹਾ ਗੁਰਦਾਸਪੁਰ ਦਾ ਰਹਿਣ ਵਾਲਾ।
ਅਸੀਂ ਜਿਹੜਾ ਪ੍ਰਸ਼ਾਸਨ ਅਤੇ ਖੇਤੀਬਾੜੀ ਵਿਭਾਗ ਦੇ ਨਾਲ ਮੇਰੇ ਖਿਆਲ ਸਰਦਾਰ ਗੁਰਦਿਆਲ ਸਿੰਘ ਦੱਸਿਆ ਵਨ ਮੇਨ ਚੀਜ਼ ਕੰਮ